ਫਾਈਨਲੀ ਗਾਇਜ਼, ਮੈਨੂੰ ਲੱਗਦਾ ਕਿ ਸਾਡੀ ਸਟੋਰੀ ਵਲੌਗ ਤੁਹਾਨੂੰ ਨਹੀਂ ਵਧੀਆ ਲੱਗਿਆ ਹੋਣਾ, ਯਾਰਾਂ ਦੀ ਲੜਾਈ। ਸੋ ਫਾਈਨਲੀ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਆ ਕਿਹੜਾ ਤੁਹਾਨੂੰ ਵਲੌਗ ਜਾਂ ਸਟੋਰੀ ਚਾਹੀਦੀ ਆ, ਜਾਂ ਫਿਰ ਪ੍ਰੈਂਕ ਜਾਂ ਹੋਰਲ ਜਾਂ ਕੁਛ ਵੀ ਵਲੌਗ। ਤੁਸੀਂ ਐਕਸਪਲੋਰਿੰਗ ਕਿਤੇ ਜਾਓ, ਇੱਥੇ ਜਾਓ, ਹੁਣ ਤੁਹਾਡੇ ਕਮੈਂਟ 20 ਤੱਕ ਤਾਂ ਆਉਣੇ ਚਾਹੀਦੇ ਆ, ਇੰਨੇ ਕਰ ਦਿਓ ਤਾਂ ਫਿਰ ਆਪਾਂ ਉਹੀ ਵਲੌਗ ਬਣਾਉਂਦੇ। ਇੱਕ ਸਾਨੂੰ ਕੰਟੈਂਟ ਮਿਲ ਜੂਗਾ ਮੇਰੀ ਔਡੀਅੰਸ ਨੂੰ ਕੀ ਪਸੰਦ ਆ। ਹਾਂਜੀ ਵੀਰੋ, ਕੀ ਹਾਲ ਚਾਲ? ਤੁਹਾਡਾ ਤਾਂ ਫਿਰ ਇੱਕ ਨਵਾਂ ਵੀਲੋ ਲੈ ਕੇ ਆ ਚੁੱਕੇ ਹਾਂ, ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਸੋ ਫਾਈਨਲੀ ਗਾਈਜ਼, ਮੈਂ ਇੱਕ ਸਟੋਰੀ ਵੀਲੋਗ ਪਾਇਆ ਸੀਗਾ, ਆਪ ਤੁਹਾਨੂੰ ਨਹੀਂ ਪਸੰਦ ਆਇਆ ਹੋਣਾ, ਚਲੋ ਕੋਈ ਨਾ ਹੋਰ ਬਣਾਵਾਂਗੇ ਆਪਾਂ। ਸੋ ਫਾਈਨਲੀ ਇਸ ਟਾਈਮ ਟਾਈਮ ਹੋ ਚੁੱਕਾ, 8 ਵਜੇ ਨੂੰ ਰਹਿ ਗਏ ਨੇ 10 ਮਿੰਟ, ਕਿਉਂਕਿ ਮੈਂ ਕੰਪਿਊਟਰ ਸੈਂਟਰ ਜਾਣਾ। ਸੋ ਫਾਈਨਲੀ ਉੱਥੇ ਨਵੇਂ ਯਾਰ ਵੇਲੀ ਆ, ਤੁਹਾਨੂੰ ਉਹ ਵੀ ਦਿਖਾਉਣੇ ਕਿੱਦਾਂ ਦੇ ਬਣੇ ਨੇ ਆਪਣੇ ਨਵੇਂ ਦੋਸਤ। ਅਤੇ ਫਾਈਨਲੀ ਗਾਈਜ਼, ਤੁਹਾਨੂੰ ਕਿੰਨੀ ਵਾਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਬਸ ਇੰਨਾ ਕਰ ਦਿਓ ਕਿ ਪ੍ਰੈਂਕ, ਮੈਨੂੰ ਪਤਾ ਲੱਗ ਜਾਵੇ ਮੇਰੀ ਆਡੀਅੰਸ ਨੂੰ ਕਿਹੜੇ ਵੀ ਲੋਕ ਵਧੀਆ ਲੱਗਦੇ ਆ, ਫਿਰ ਮੈਂ ਪ੍ਰੈਂਕ ਬਣਾਊਂਗਾ। ਫਿਰ ਤੁਸੀਂ ਕੋਈ ਵੀ ਕਮੈਂਟ ਕਰ ਦਿਓ, ਹੋਰ ਵੀ ਲੋਕ, ਵੈਡਿੰਗ ਵਲੌਗ, ਜੋ ਮਰਜ਼ੀ, ਜਿਹੜਾ ਮੈਂ ਤੁਹਾਨੂੰ ਨਾ ਵੀ ਮੁਮਕਿਨ ਅਸੀਂ ਕਰਾਂਗੇ, ਪਰ ਥੋੜ੍ਹੀ ਦੇਰ ਹੋ ਕੇ ਕਰਾਂਗੇ ਜ਼ਰੂਰ। ਤੁਸੀਂ ਬਸ ਹੁਣ ਕਮੈਂਟ ਕਰਨਾ, ਇਹ ਵੀਡੀਓ 'ਤੇ ਕਮੈਂਟ ਆ ਜਾਵੇ, ਕਿਉਂਕਿ ਗਾਈਜ਼ ਕੰਟੈਂਟ ਲੱਭਣੇ ਮੰਗਣਾ ਬੰਦਾ ਪਾਗਲ ਹੋ ਜਾਂਦਾ ਹੁੰਦਾ। ਤਾਂ ਆਪਣੀ ਫੈਮਿਲੀ ਦੇ ਨਾਲ ਜੁੜੇ ਹੋ ਤਾਂ ਸਬਸਕ੍ਰਾਈਬ ਕਰ ਲਿਓ, ਜਿਹੜੇ ਨਹੀਂ ਜੁੜੇ ਤਾਂ ਜੁੜ ਜੂਗੇ ਰੱਤੂ ਬ੍ਰੈਂਡ ਦੇ ਨਾਲ। ਅਤੇ ਹੁਣ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕਿੱਧਰ ਹੀ ਵਲੌਗ ਬਣਾਉਂਦੇ, ਕਰਨਾ ਹੀ ਕਰਨਾ ਇਹ ਵੀਡੀਓ 'ਚ, ਕਰ ਦਿਓ ਯਾਰ 10 ਤੱਕ ਤਾਂ ਕਰ ਹੀ ਦਿਓ, ਇੰਨੇ ਤਾਂ ਜਾਇਜ਼ ਹੈ। ਠੀਕ ਹੈ ਜੀ, ਚਲੋ ਫਿਰ ਹੁਣ ਮਿਲਦੇ ਹਾਂ ਸੈਂਟਰ। ਗੇਟ ਬੰਦ ਕਰ ਦਿਓ। ਸੋ ਫਾਈਨਲੀ ਗਾਇਜ਼, ਡਰ ਲੱਗ, ਗੇਟ ਬੰਦ ਕਰ ਦਈਏ। ਸੋ ਫਾਈਨਲੀ ਗਾਇਜ਼, ਦੀਪਕ ਭਰਾ ਆਪਣਾ ਆ ਚੁੱਕਾ ਆ, ਸਕੂਟਰ ਚਲਾ ਰਿਹਾ। ਸੋ ਫਾਈਨਲੀ ਗਾਇਜ਼, ਚੱਲੇ ਹਾਂ ਸੈਂਟਰ, ਐਂਡ ਇਹ ਆਪਣੇ ਕੀ ਨਾਮ ਹੈ ਦੋਸਤ ਦਾ? ਹੋਰ ਵੀ ਆ ਦੋਸਤ, ਕਾਲੀਆ, ਇਹ ਕਾਲੀਆ ਦੋਸਤ ਆ ਗਏ ਤੁਹਾਨੂੰ। ਸੋ ਫਾਈਨਲੀ ਦੋਸਤ ਦਾ ਘਰ ਆ ਚੁੱਕਾ ਆ, ਹੁਣ ਬਜਾਉਂਦੇ ਹਾਂ ਬੁਲਾ। ਫਾਈਨਲੀ ਗਾਇਜ਼, ਇਹ ਆ ਗਿਆ ਆਪਣੇ ਭਰਾ ਦਾ ਘਰ, ਚਲੋ ਆ ਗਿਆ। ਫਾਈਨਲੀ ਸਾਨੂੰ ਆਪਾਂ ਚੌਥੇ ਕੋਲ ਚੱਲਣੇ ਆ, ਜੋ ਆਪਣਾ ਮਿੱਤਰ ਹੈ ਕਾਲੀਆ। ਫਾਈਨਲੀ ਗਾਇਜ਼, ਭਰਾ ਵੀ ਆ ਗਿਆ ਆਪਣਾ। ਫਾਈਨਲੀ ਗਾਇਜ਼, ਇਕੱਠੇ ਹੋ ਚੁੱਕੇ ਨੇ, ਸੈਂਟਰ ਜਾਂਦੇ ਆ ਅਤੇ ਅੱਗੇ ਤੁਹਾਨੂੰ ਵੀਡੀਓ ਦਿਖਾਉਂਦੇ ਆ, ਵੀਡੀਓ 'ਚ ਬਣੇ ਰਹੋ ਅਤੇ ਚੈਨਲ ਕਰ ਦਿਓ ਸਬਸਕ੍ਰਾਈਬ। ਦਰਸ਼ਨ ਕਰੋ ਜੈ ਬਾਬਾ ਜੀ ਦੀ, ਇਹ ਕੁੜੀ ਗੱਲ ਨਿਕਲੇ ਟੋਕੜਾ ਸੀ ਗਾੜੀ। ਫਾਈਨਲੀ ਗਾਇਜ਼, ਆ ਗਿਆ ਆਪਣਾ ਭਰਾ, ਅਤੇ ਹੁਣ ਚੱਲਦੇ ਹਾਂ ਸੈਂਟਰ ਨੂੰ, ਸੈਂਟਰ ਆ ਕੇ ਥੋੜ੍ਹਾ ਜਿਹਾ ਪੜ੍ਹਦੇ ਹਾਂ, ਫਿਰ ਬਾਅਦ 'ਚੋਂ ਮਿਲਦੇ ਹਾਂ। ਚਲੋ ਸੈਂਟਰ ਵੜ ਜਾਓ, ਹੁਣ ਬਾਅਦ 'ਚੋਂ ਮਿਲਦੇ ਹਾਂ ਯਾਰ ਗਾਇਜ਼। ਸੋ ਫਾਈਨਲੀ ਗਾਇਜ਼, ਕੰਮ ਕਰਕੇ ਫਿਰ ਮਿਲਦੇ ਤੁਹਾਨੂੰ। ਫਾਈਨਲੀ ਗਾਇਜ਼, ਜਿਹੜਾ ਆਟੋ ਜਿਹਾ ਪਿੱਛੇ ਵਾਲਾ ਦੁਸ਼ਮਣ ਜਾ ਰਿਹਾ, ਤੋ ਉਹਦੇ ਪਿੱਛੇ ਲਾਈਆਂ ਗੇੜੀਆਂ। ਚਲੋ ਹੁਣ ਦੇਖਦੇ ਹਾਂ ਬਈ ਅੱਗੇ ਗੇੜੀ ਹਾਂ, ਕਿੱਧਰ ਨਹੀਂ ਚੱਲੇ ਆਪਾਂ, ਕੈਮਰਾ ਸਵਾਈਪ ਕਰ। 48 ਚੁੱਪ 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 ਸੀ ਯੂ ਚੁੱਪ ਕਰ, ਰੋਟੀ ਏ ਮੈਂ ਤਾਂ ਫੋਨ ਖੋਲੂਗੇ ਸਾਲਾ ਤੇਰਾ, ਓਏ ਮੈਂ ਫੋਨ ਰੱਖਿਆ, ਮੈਂ ਕੋਲ ਰੱਖਿਆ ਟੈਂਸ਼ਨ ਨਾ। ਫਾਇਗਾ ਦਾ ਸੇਖੀ ਵਾਲਾ ਸਰਕਾਰੀ ਸਕੂਲ, ਸਮਾਰਟ ਸਕੂਲ, ਇੱਥੇ ਲੋਕੀ ਕਿਉਂ ਆਉਂਦੇ ਨੇ ਬਸ ਆਪ ਹੀ ਬੁਲਾਉਣਾ ਤੁਹਾਨੂੰ। ਅਸ਼ ਚੈੱਕ ਕਰ ਕਿੰਨਾ ਕਿੰਨਾ ਪਿਆ ਵੀਰੇ, ਸਾਲਾ ਪੁਲਿਸ ਵਾਲੇ ਖੜੇ, ਰਾਸਤਾ ਪੈਣਾ ਹੀ ਹੈ। ਜੋ ਤੁਹਾਨੂੰ ਰੋਟੀ ਹੈ, ਰੋਟੀ ਦੁਆਰਾ ਉਹ ਬੈਕ ਸਾਈਡ ਨਾ ਪਾ ਲਈ, ਓਏ ਇੱਧਰ ਹੀ ਪਾ ਲੱਗਾ, ਇੱਧਰੋਂ ਕੱਟ। ਪੁਲਿਸ ਵਾਲੇ ਕੁਛ ਨਹੀਂ ਕਹਿੰਦੇ ਸਾਲਾ, ਤੈਨੂੰ ਨਹੀਂ ਕੁਛ ਕਿਹਾ, ਇਹਨਾਂ ਨੇ ਕੁਛ ਕਹਿਣਾ ਦੇਖਿਆ, ਤੈਨੂੰ ਹੀ ਕਹਿਣਗੇ ਓਏ ਹੁੰਦੀ ਦਾ, ਆਪਾਂ ਬੈਠੇ ਵੀ ਚਾਰ ਚਾਰ ਤਾਂ ਫਿਰ ਸਾਲਿਆ ਇੱਕ ਨੂੰ ਨਹੀਂ ਆਪਣਾ ਸੰਜੇ ਦਰਬਾਰ ਲੱਗਾ, ਫਿਰ ਜਿਹੜੀ ਫਰੰਟ ਵਾਲੇ ਆ ਉੱਤੇ ਝੰਡੇ ਲਵਾਏ ਕਾਲੀ। ਏ ਫਿਊ ਮੋਮੈਂਟਸ ਲੇਟਰ, ਹਾਂਜੀ ਵੀਰੋ, ਤੁਹਾਡਾ ਵੀਰ ਸੈਂਟਰੋਂ ਘਰ ਆ ਚੁੱਕਾ ਆ। ਸੋ ਫਾਈਨਲੀ ਹੁਣ ਰੋਟੀ ਰੋਟੀ ਖਾਵਾਂਗੇ, ਚਾਹ ਚੁੱਪ ਪੀਵਾਂਗੇ, ਤਾਂ ਸਕੂਲੇ ਜਾਣਾ ਆ, ਸਕੂਲੇ ਪੇਪਰ ਉੱਪਰ ਦੇਖ ਕੇ। ਸੋ ਫਾਈਨਲੀ ਅੱਜ ਆਪਾਂ ਰੋਜ਼ ਗਾਰਡਨ ਜਾਵਾਂਗੇ ਜਾਂ ਫਰੱਗ ਪੱਗ ਅਤੇ ਘੁੰਮ ਕੇ ਆਵਾਂਗੇ, ਤਾਂ ਵੇਖਦੇ ਉੱਥੇ ਕੀ ਮਾਹੌਲ ਚਾਲ ਹੁੰਦੇ। ਵੈਸੇ PVR ਵਗੈਰਾ ਸੋਚਿਆ ਸੀਗਾ ਘੁੰਮਣ ਦਾ, ਕਿਉਂਕਿ ਯਾਰ 7 ਡੇਜ਼ ਆ ਰਿਹਾ ਕਿ ਸੋਚੋ ਘੁੰਮੀਏ, ਹੁਣ ਕਿਹੜੇ ਕਿਹੜੇ ਆ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਹੁਣ ਤੁਹਾਨੂੰ ਸਮਝਦਾਰ ਹੋ ਤੁਸੀਂ, ਤਾਂ ਹੁਣ ਉੱਧਰ ਹੀ ਘੁੰਮਾਂਗੇ, ਤਾਂ ਦੇਖਦੇ ਹਾਂ ਠਹਿਰ ਕੇ। ਜੀ ਵੀਰੋ, ਯਾਰ ਹੁਣੀ ਆ ਚੁੱਕੇ ਨੇ ਘਰੇ, ਤੋ ਸਕੂਲੇ ਗਏ ਸੀਗੇ, ਪੇਪਰ ਦਿਨ ਪੇਪਰ ਸਾਰੇ ਸਮਾਪਤ ਹੋ ਚੁੱਕੇ ਨੇ, ਤਾਂ ਹੁਣ ਘਰੇ ਆਏ ਹਾਂ ਅਤੇ ਮਾੜੇ ਆ ਫੇਸ਼ ਵਿਸ਼ ਕਰਦੇ ਹਾਂ। ਵੈਸੇ ਡਰੈਸਿੰਗ ਆਪਣੀ ਆ ਹੀ ਸਹੀ ਆ, ਮੋਰਨਿੰਗ ਟਾਈਮ ਪਾਏ ਸੀ ਸੈਂਟਰ ਦਾ, ਚਲੋ ਵਧੀਆ ਲੱਗਦੇ। ਸੋ ਫਾਈਨਲੀ ਡੇ ਸ਼ੁਰੂ ਹੋ ਰਹੇ ਨੇ, ਅਤੇ ਅਜੇ ਸ਼ਾਮ ਨੂੰ ਪਲੈਨ ਹੈ ਕਿਤੇ ਘੁੰਮਣ ਦਾ, ਤਾਂ ਦੇਖਦੇ ਹਾਂ ਉਹ ਲਾਈਕ ਵੀ ਲੋਕ ਹੋਊਗਾ, ਇਹ ਵੀ ਲੋਕ ਤੁਸੀਂ ਪਿਆਰ ਦੇਣਾ, ਤੁਸੀਂ ਪਿਆਰ ਨਹੀਂ ਦੇ ਰਹੇ ਹੋ ਤਾਂ ਕੋਈ ਚੱਕਰ ਨਹੀਂ, ਦਿਲ 'ਤੇ ਪੱਥਰ ਰੱਖ ਕੇ ਸਹਿਲਾਂਗੇ ਜੀ ਤੁਹਾਡਾ ਵੀ। ਚਲੋ ਹੁਣ ਦੇਖਦੇ ਹਾਂ ਕਿ ਧੁੱਪਾ ਚੜ੍ਹੀ ਹੋਈ ਆ, ਨਹਾਉਂਦਾ ਵੀ ਮਨ, ਪਰ ਕੱਲ੍ਹ ਨਹਾਵਾਂਗੇ, ਠੰਡ ਬਹੁਤ ਆ, ਨਹਾਉਣਾ ਨਹੀਂ ਆ। ਅਤੇ ਹੁਣ ਰੋਟੀ ਰੋਟੀ ਖਾਂਦੇ ਹਾਂ, ਫਿਰ ਮਿਲਦੇ ਹਾਂ, ਤੁਸੀਂ ਵੀ ਖਾ ਲਓ। ਹਾਂਜੀ ਵੀਰੋ, ਰੋਟੀ ਰੋਟੀ ਖਾ ਕੇ ਵਿਹਲੇ ਹੋ ਚੁੱਕੇ ਹਾਂ, ਅਤੇ ਆਈ ਹੋਪ ਕਿ ਤੁਸੀਂ ਬੋਰ ਹੋ ਰਹੇ ਹੋਵੋਗੇ। ਜੇ ਬੋਰ ਹੋ ਰਹੇ ਹੋ ਨਾ, ਵੀਡੀਓ ਨੂੰ ਸਕਿੱਪ ਨਹੀਂ ਕਰਨਾ, ਨੀਚੇ ਜੇ ਸਕਿੱਪ ਕਰਨਾ ਚਾਹੁੰਦੇ ਹੋ ਨਾ, ਨੀਚੇ ਜਾਓ, ਕਮੈਂਟ ਕਰੋ,
ਅਤੇ ਕਮੈਂਟ ਵਿੱਚ ਲਿਖੋ ਕਿ ਵੀਰੇ ਇਹ ਵਲੋਗ ਥੋੜ੍ਹੇ ਆ ਇੱਦਾਂ ਇੱਦਾਂ ਦਾ ਆ, ਅਤੇ ਨੀਚੇ ਲਿਖੋ ਤੁਹਾਨੂੰ ਕਿਹੜਾ ਵਲੋਗ ਪਸੰਦ ਆ। ਤੁਸੀਂ ਫਿਰ ਮੈਨੂੰ ਸਲਾਹ ਦਿਓ ਕਿ ਵੀਰੇ ਇਹ ਵਾਲਾ ਵਲੋਗ ਬਣਾਓ, ਪੱਕਾ ਵਧੀਆ ਜਾਊਗਾ। ਅਤੇ ਤੁਸੀਂ ਮੈਨੂੰ ਸਲਾਹ ਦੇਣੀ ਆ ਅਤੇ ਤੁਸੀਂ ਮੈਨੂੰ ਹੀ ਕੰਟੈਂਟ ਦੇਣਾ ਹੈ, ਸਮਝ ਗਏ ਨਾ। ਤਾਂ ਮੈਂ ਤੁਹਾਨੂੰ ਇਹ ਵੀਡੀਓ ਤੱਕ ਰੋਕ ਕੇ ਰੱਖਿਆ, ਜੇ ਤੁਸੀਂ ਇਸ ਤਰ੍ਹਾਂ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ। ਸੋ ਫਾਈਨਲੀ ਹੁਣ ਮੈਂ ਯਾਰ ਮਾੜੇ ਘਰ ਦੇ ਕੰਮਾਂ 'ਤੇ ਚੱਲਾ ਹਾਂ, ਅਤੇ ਉਹ 'ਚ ਵੀਲੋਗ ਬਣਾਉਣਾ ਜ਼ਿਆਦਾ ਸ਼ੌਕ ਨਹੀਂ ਹੈਗਾ, ਕਿਉਂਕਿ ਆਟਾ ਲੈਣ ਚੱਲਾਂ ਮੈਂ ਅਤੇ ਉਹ ਲੈ ਕੇ ਪੈਣਾ। ਅਤੇ ਹੁਣ ਵੀਲੋਗ ਕਰਦੇ ਹਾਂ ਸਟੋਪ, ਅਤੇ ਅੱਧੇ ਵੀਲੋਗ 'ਚ ਦੇਖਣਾ ਸੀ ਆਪਾਂ ਮੋਰਨਿੰਗ ਟਾਈਮ ਸੈਂਟਰ ਟਾਈਮ ਕਿੱਦਾਂ ਜਾਂਦੇ ਹਾਂ ਅਤੇ ਕਿੰਨੀ ਮਸਤੀ ਕਰਦੇ ਹਾਂ ਮੋਰਨਿੰਗ ਟਾਈਮ। ਜਿਸਦਾ ਕਮੈਂਟ ਬਾਰੇ ਗਿਆ ਜ਼ਰੂਰ ਰੱਖਿਓ। ਹੁਣ ਮਿਲਦੇ ਨੈਕਸਟ ਵੀਡੀਓ, ਟੇਕ ਕੇਅਰ, ਬਾਏ ਬਾਏ।